ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ 'ਤੇ ਅਤੇ ਜਿਹੜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਆ ਅਤੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਉਹਨੂੰ ਲਾਈਕ ਸ਼ੇਅਰ ਕਰਿਓ ਸੋ ਅੱਜ ਅਸੀਂ ਬਣਾਉਣ ਲੱਗੇ ਹਾਂ ਹੈਲਦੀ ਅਤੇ ਟੇਸਟੀ ਬਨਾਨਾ ਸਮੂਦੀ ਅਤੇ ਇਹਦੇ ਲਈ ਜਿਹੜੇ ਅਸੀਂ ਲਿਆਇਆ ਇੱਕ ਬਨਾਨਾ ਲਿਆਇਆ ਕੇਲਾ ਲਿਆਇਆ ਬਦਾਮ ਲਏ ਥੋੜ੍ਹੇ ਜਿਹੇ ਪਿਸਤਾ ਲਿਆਇਆ ਇਹ ਅਸੀਂ ਲਈਆਂ ਡੇਟਸ ਜਿਹਨੂੰ ਆਪਾਂ ਖਜੂਰਾਂ ਬੋਲਦੇ ਖਜੂਰਾਂ ਆ ਅਤੇ ਇਹ ਹੈਗੇ ਆ ਅੰਜੀਰ ਅਤੇ ਅੰਜੀਰ ਨੂੰ ਆਪਾਂ ਧੋ ਲੈਂਦੇ ਹਾਂ ਅਤੇ ਅੰਜੀਰ ਨੂੰ ਧੋ ਕੇ ਇੱਧਰ ਅਸੀਂ ਪਾ ਲੈਂਦੇ ਹਾਂ ਅਤੇ ਜਿਹੜੀਆਂ ਖਜੂਰਾਂ ਆ ਇਹਨਾਂ ਨੂੰ ਅਸੀਂ ਬੀ ਕੱਢ ਕੇ ਪਾ ਲੈਂਦੇ ਹਾਂ ਸੌਖਾ ਤਰੀਕਾ ਜੀ ਹੱਥ ਨਾਲ ਛੇਤੀ ਹੋ ਜਾਂਦਾ ਜੀ ਬਿਲਕੁਲ ਹੱਥ ਨਾਲ ਹੀ ਛੇਤੀ ਹੋ ਜਾਂਦਾ ਅਤੇ ਹੈਲਦੀ ਆ ਬੱਚਿਆਂ ਨੂੰ ਦੋ ਆਪ ਪੀਓ ਜਿਹੜੇ ਮਰਜ਼ੀ ਟਾਈਮ 'ਤੇ ਸਵੇਰੇ ਤੋਂ ਹੀ ਪੀਓ ਤਾਂ ਜ਼ਿਆਦਾ ਵਧੀਆ ਆ ਪਰ ਅਸੀਂ ਬਣਾ ਰਹੇ ਹਾਂ ਦੁਪਹਿਰ ਨੂੰ ਅਤੇ ਬਦਾਮ ਐਡ ਕਰਤੇ ਆ ਇਹ ਅਸੀਂ ਪਾਤਾ ਜੀ ਪਿਸਤਾ ਸੁੱਪਾ ਦਾ ਵੀ ਕੇਲਾ ਕਾਫੀ ਪੱਕਾ ਹੋਇਆ ਇਸ ਤਰ੍ਹਾਂ ਦੇ ਬੱਚਿਆਂ ਨੇ ਖਾਣਾ ਨਹੀਂ ਕੇਲਾ ਵੀ ਸੁੱਪਾ ਦਾ ਵਿੱਚ ਇਹਦੇ ਪਾਉਂਗੇ ਥੋੜ੍ਹਾ ਜਿਹਾ ਦੁੱਧ ਜਿਹੜਾ ਬਲੈਂਡ ਕਰ ਲਾਂਗੇ ਸਾਰਾ ਮਟੀਰੀਅਲ ਚੰਗੀ ਤਰ੍ਹਾਂ ਹੋ ਗਿਆ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦਿੰਦੇ ਹਾਂ ਬਾਕੀ ਤੁਸੀਂ ਇਹਦੇ ਵਿੱਚ ਸ਼ੱਕਰ ਪਾ ਸਕਦੇ ਜੇ ਗੁੜ ਪਾ ਸਕਦੇ ਜੇ ਫਿਰ ਤੁਸੀਂ ਇਹਦੇ ਵਿੱਚ ਸ਼ਹਿਦ ਪਾ ਸਕਦੇ ਜੇ ਚੀਨੀ ਖਾਂਦੇ ਤਾਂ ਚੀਨੀ ਪਾ ਸਕਦੇ ਜੇ ਅਤੇ ਜੇ ਨਹੀਂ ਕੋਈ ਮਿੱਠਾ ਪਸੰਦ ਕਰਦੇ ਤਾਂ ਤੁਸੀਂ ਇਸ ਤਰ੍ਹਾਂ ਵੀ ਤੁਹਾਨੂੰ ਪਤਾ ਖਜੂਰਾਂ ਪਾਈਆਂ ਖਜੂਰਾਂ ਦਾ ਆਪਣਾ ਮਿੱਠਾ ਹੁੰਦਾ ਸੋ ਇਸ ਤਰ੍ਹਾਂ ਹੀ ਤੁਸੀਂ ਇਹਨੂੰ ਜਿਹੜਾ ਪੀ ਸਕਦੇ ਹੈਲਦੀ ਐਂਡ ਟੇਸਟੀ ਸਮੂਦੀ ਬਣ ਕੇ ਤਿਆਰ ਆ ਥੋੜ੍ਹੇ ਜਿਹੇ ਬਦਾਮ ਅਤੇ ਪਿਸਤੇ ਨਾਲ ਆਪਾਂ ਇਹਨੂੰ ਗਾਰਨਿਸ਼ ਕਰ ਦਿੰਦੇ ਹਾਂ ਜੀ ਕਰੋ ਇੰਜੋਏ ਹੈਲਦੀ ਐਂਡ ਟੇਸਟੀ ਸਮੂਦੀ ਅਤੇ ਰੈਸਪੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਹਾਂ ਜੀ ਨੈਕਸਟ ਡੇ ਕਿਸੇ ਨੈਕਸਟ ਵੀਡੀਓ ਨਾਲ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ